ਜ਼ਹਿਰੀਲੀ ਸ਼ਰਾਬ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 45 ਤੋਂ ਵੱਧ ਹੋ ਚੁੱਕੀ ਹੈ। ਇਸੇ ਵਿਚਾਲੇ ਤਰਨ ਤਰਨ ਦੇ ਪਿੰਡ ਭੁੱਲਰ ਦੇ ਵਿੱਚ ਇਸ ਸ਼ਰਾਬ ਨਾਲ ਮਰਨ ਵਾਲਿਆਂ ਦੀਆਂ ਲਾਸ਼ਾਂ ਦੀ ਬੇਕਦਰੀ ਦਾ ਇਲਜ਼ਾਮ ਲਗਾਇਆ ਗਿਆ ਹੈ। ਜਿੱਤੇ ਚਲਦਿਆਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ, ਜਿਨ੍ਹਾਂ ਦਾ ਇਲਜ਼ਾਮ ਹੈ ਕਿ ਲਾਸ਼ਾਂ ਦੀ ਬੇਕਦਰੀ ਕੀਤੀ ਜਾ ਰਹੀ ਹੈ ਅਤੇ ਮੁਰਦਾ ਘਰ ਦੇ ਅੰਦਰ ਜਿਵੇਂ ਜਾਨਵਰਾਂ ਦੀਆਂ ਲਾਸ਼ਾਂ ਹੁੰਦੀਆਂ ਨੇ ਇਸ ਤਰ੍ਹਾਂ ਨਾਲ ਜੋ ਸ਼ਰਾਬ ਨਾਲ ਮਰੇ ਨੇ ਉਹਨਾਂ ਦੀਆਂ ਲਾਸ਼ਾਂ ਨੂੰ ਰੱਖਿਆ ਗਿਆ ਹੈ। ਜਿਸ ਦੇ ਚਲਦੇ ਪਰਿਵਾਰ ਵਾਲਿਆਂ ਦਾ ਪ੍ਰਸ਼ਾਸਨ ਦੇ ਖਿਲਾਫ ਗੁੱਸਾ ਭੜਕ ਗਿਆ। ਸਾਡੇ ਬੰਦੇ ਮੁੱਕ ਗਏ, ਸਾਡੇ ਬੰਦੇ ਦੀਆਂ ਜਾਨਾਂ ਤਾਂ ਇਹਨਾਂ ਲੈ ਲਈਆਂ, ਕਮ ਸੇ ਕਮ ਸਾਡੇ ਬੰਦਿਆਂ ਦਾ ਮਰਨਾ ਤਾਂ ਨਾ ਖਰਾਬ ਕਰਨ। ਮਰਚੜੀ 'ਚ ਇੱਦਾਂ ਲਾਸ਼ਾਂ ਪਈਆਂ ਵਾ ਜਿੱਦਾਂ ਕੁੱਤੇ ਪਏ ਹੁੰਦੇ ਆ। ਕੀ ਗੱਲ, ਕਿੱਥੇ ਗਈਆਂ ਕੈਂਡੀਆਂ, ਕਿੱਥੇ ਗਈ ਸਰਕਾਰ, ਕਿੱਥੇ ਗਿਆ ਸਰਕਾਰ ਦੇ ਆਗੂ, ਕਿੱਥੇ ਗਿਆ ਸਮਾਜ ਦੇ ਠੇਕੇਦਾਰ, ਕਿਉਂ ਨਹੀਂ ਬੋੜੇ ਇੱਥੇ ਸਮਾਜ ਦੇ ਠੇਕੇਦਾਰ। ਕੀ ਗੱਲ, ਠੇਕੇਦਾਰ ਸਿਰਫ ਵੋਟਾਂ ਲੈਣ ਤੱਕ ਹੀ ਸੀਮਤ ਆ, ਉਸ ਤੋਂ ਬਾਅਦ ਇੱਥੇ ਕੋਈ ਨਹੀਂ ਹੈਗਾ। ਸਰ ਸਾਡੇ ਪਿੰਡ ਟੋਟਲ ਕੱਲ ਤੋਂ ਲੈ ਕੇ ਹੁਣ ਤੱਕ 8 ਮੌਤਾਂ ਹੋ ਚੁੱਕੀਆਂ ਵਾ, ਅੱਜ 4 ਮੌਤਾਂ ਹੋ ਚੁੱਕੀਆਂ ਵਾ, ਜਿਹਦੇ ਵਿੱਚ ਅਜੇ ਵੀ 5-6 ਬੰਦੇ ਸੀਰੀਅਸ ਆ। ਤੁਹਾਡੀ ਹੁਣ ਕੀ ਮੰਗ ਹੈ ਸਰ? ਸਾਡੀ ਮੰਗ ਆ ਵੀ ਪਹਿਲੀ ਗੱਲ ਤੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਦੈਨਿਕ ਸਵੇਰਾ ਲਈ ਤਰਨ ਤਾਰਨ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठगा तो सावधान। स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान। फ्री 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 मियां रफीक मोहम्मद मोबाइल 84374-9647 84374-9648। सियासत व्यापार धर्म ਅਤੇ फिल्म जगत ਦੇ ਨਾਲ ਹੁਣ ਕੈਨੇਡਾ ਤੇ ਅਮਰੀਕਾ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮ।